ਅੱਭੀ ਹੀ ਸਰਕਾਰ ਦੇ ਵਿੱਚ ਇਹ ਨੌਬਤ ਆ ਤੁਹਾਡੇ ਹਾਲਤ ਇਹ ਹੋਊਗੀ ਕਿ ਮੋਬਾਈਲ ਬੰਦ ਕਰਨੇ ਪੈਣ ਤੁਹਾਨੂੰ ਜਦੋਂ ਚੈਨਲ ਵਾਲੇ ਤੰਗ ਕਰਦੇ ਛਣ ਕੇ ਖੜੇ ਜਾਂਦੇ ਇੱਕ ਦੇ ਕੋਠੀ ਵੀ ਮੇਰੀ ਬੜੇ ਕਸੂਤੇ ਦੇ ਥਾਮਾ ਕੋਈ ਨਾਲੀ ਨਾਲ ਹੀ ਆ ਜਾਂਦੇ ਜਿਸ ਵੇਲੇ ਗੱਡੀ ਵੜਦੀ ਤੇ ਜਾ ਤੇ ਬਾਕੀ ਹੋ ਗਏ ਮਹਿਮਲ ਚੋਪੜ ਕੇ ਅੰਦਰ ਵੜ ਜਾਵਾਂ ਜਿਹੜੇ ਆਫੀਸਰ ਨੇ ਪਬਲਿਕ ਸਰਵੰਟ ਨੇ ਨੌਕਰ ਨੇ ਪਰ ਉਹ ਹੁਣ ਨੌਕਰ ਨਹੀਂ ਉਹ ਹੁਣ ਸੁਪਰ ਬਾਸ ਬਣ ਜਾਂਦੇ ਨੇ ਕੀ ਕਿ ਮੋਬਾਈਲ ਬੰਦ ਕਰਨੇ ਪੈਂਦੇ ਸਾਨੂੰ ਮੋਬਾਈਲ ਬੰਦ ਕਰਨੇ ਪਏ ਰੇ ਆਪਦੀ ਹੀ ਸਰਕਾਰ ਦੇ ਵਿੱਚ ਹੀ ਨੌਬਤ ਆ ਤੁਹਾਡੇ ਹਾਲਤ ਇਹ ਹੋਊਗੀ ਕਿ ਮੋਬਾਈਲ ਬੰਦ ਕਰਨੇ ਪੈਣ ਤੁਹਾਨੂੰ ਕਰੋਗੇ ਰਾਤ ਜਦੋਂ ਚੈਨਲ ਵਾਲੇ ਤੰਗ ਕਰਦੇ ਚਣ ਕੇ ਖੜੇ ਜਾਂਦੇ ਇੱਕ ਦੇ ਕੋਠੀ ਵੀ ਮੇਰੀ ਬੜੇ ਕਸੂਤੇ ਦੇ ਥਾਵਾਂ ਤੇ ਨਾਲ ਦੀ ਨਾਲ ਹੀ ਆ ਜਾਂਦੇ ਜਿਸ ਵੇਲੇ ਗੱਡੀ ਵੜਦੀ ਤੁਸੀਂ ਮਗਰੇ ਹੀ ਆ ਜਾਂਦੇ ਤੇ ਮੇਰੀ ਆਦਤ ਵੀ ਹੈ ਕਿ ਚਲੋ ਯਾਰ ਜੇ ਹੁਣ ਆਏ ਆ ਤੇ ਜਾਂ ਤੇ ਬਾਕੀ ਹੋ ਗਏ ਮੈਂ ਮੇਰੇ ਚੁਪੜ ਕੇ ਅੰਦਰ ਵੜ ਜਾਵਾਂ ਤੇ ਪਰ ਜੇ ਪਬਲਿਕ ਦੇ ਵਿੱਚ ਜਾਣਾ ਤੇ ਸਾਨੂੰ ਆਪਣੀ ਜ਼ੁਬਾਨ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕਰਕੇ ਆਂ ਜੇ ਅਸੀਂ ਪਬਲਿਕ ਪਬਲਿਕ ਦੇ ਨੁਮਾਇੰਦੇ ਲੋਕਾਂ ਦੇ ਨੁਮਾਇੰਦੇ ਕਿਹਾ ਗਿਆ ਸਾਨੂੰ ਜਿਹੜੇ ਅਫੀਸਰ ਨੇ ਪਬਲਿਕ ਸਰਵੰਟ ਨੇ ਨੌਕਰ ਨੇ ਪਰ ਉਹ ਹੁਣ ਨੌਕਰ ਨਹੀਂ ਉਹ ਹੁਣ ਸੁਪਰਨੋਬਸ ਬਣ ਜਾਂਦੇ ਨੇ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ ਔਰ ਇਹ ਚੀਜ਼ਾਂ ਇਮੀਡੀਏਟਲੀ ਲੋਕਾਂ ਸਾਹਮਣੇ ਲੈ ਕੇ ਹੁਣੇ ਪੇਸ਼ ਕਰਨੀਆਂ ਕਿ ਕਿੰਨਾ ਕਿੰਨਾ ਨੇ ਬੇਦਬੀ ਕੀਤੀ ਕਿਹੜੇ ਕਰਪਟ ਨੇ ਉਹ ਵੀ ਹੰਦਰ ਦੇਣੇ ਪੈਣਗੇ ਜਿਹੜੇ ਅਫੀਸਰ ਨੇ ਜਾਂ ਖਾਸ ਕਰਕੇ ਵਿਜੀਲੈਂਸ ਡਿਪਾਰਟਮੈਂਟ ਦੀ ਬੜੀ-ਬੜੀ ਰਿਸਪੋਨਸੀਬਿਲਟੀ ਬਣਦੀ ਆ ਵਿਜੀਲੈਂਸ ਡਿਪਾਰਟਮੈਂਟ ਮੀਨਸ ਕਿ ਇ ਵਿਜੀਲੈਂਟ ਹੋਣਾ ਕਿ ਕਰਪਸ਼ਨ ਨੂੰ ਬੰਦ ਕਰਨਾ ਪਰ ਇੱਥੇ ਤੇ ਹੁਣ ਪਤਾ ਨਹੀਂ ਕੀ ਕੀ ਚੱਲੀ ਜਾਂਦਾ ਦੂਸਰੀ ਚੀਜ਼ ਮੈਂ ਵਿਜੀਲੈਂਸ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਰਾਣਾ ਗੁਰਜੀ ਜੀ ਮੇਰਾ ਨਰਾਜ ਰਹਿੰਦੇ ਨੇ ਵੈਸੇ ਪਤਾ ਨਹੀਂ ਉਹਨੂੰ ਕੀ ਮੈਨੂੰ ਨਹੀਂ ਪਤਾ ਕਿ ਕੀ ਮੈਂ ਤਾਂ ਆਪਣਾ ਵੱਡਾ ਭਲਾ ਸਮਝਦਾ ਸੀ ਸਮਝਦਾ ਵੀ ਹਾਂ ਕਿ ਰਾਣਾ ਗੁਰਜੀਤ ਦੀ ਰਿਜ਼ਾਈਨ ਲਿਆ ਜਾਂਦਾ ਤੇ ਜਿਹੜੇ ਆਫੀਸਰ ਨੇ ਉਹ ਕਿੱਥੇ ਚਲੇ ਗਏ ਜਿੰਨਾ ਬੰਦਿਆਂ ਨੇ ਉਸ ਸਕੈਮ ਦੇ ਵਿੱਚ ਰਾਣਾ ਗੁਰਜੀਤ ਦਾ ਤੇ ਬਾਅਦ ਚਾਹੇ ਜਦੋਂ ਮਿਨਿਸਟਰ ਨੇ ਇਹ ਤਾਂ ਅਕਾਲੀ ਦਲ ਦੇ ਵੇਲੇ ਦਾ ਸਕੈਮ ਸੀ ਉਸ ਟਾਈਮ ਦੇ ਅਫੀਸਰ ਉਹ ਕਿਉਂ ਵਿੱਚ ਇਨਵੋਲ ਹੋਏ ਉਸ ਟਾਈਮ ਦੇ ਚੀਫ ਇੰਜੀਨੀਅਰ ਉਹ ਕਿੱਥੇ ਗਏ ਉਸ ਟਾਈਮ ਦਾ ਸੈਕਟਰੀ ਉਹ ਕਿੱਥੇ ਗਿਆ ਉਸ ਟਾਈਮ ਦੇ ਵਿਜੀਲੈਂਸ ਦੇ ਅਫੀਸਰ ਜਾਂ ਜਿਨ੍ਹਾਂ ਨੇ ਬਾਅਦ ਚੰਕਵਰੀ ਕੀਤੀ ਵਿਜੀਲੈਂਸ ਕੇਸ ਤੇ ਦੱਸਣ ਲੋਕ ਪੁੱਛਦੇ ਨੇ ਮੈਂ ਤੇ ਰਾਣਾ ਸਾਹਿਬ ਨੂੰ ਕਹੂੰਗਾ ਕਿ ਤੁਸੀਂ ਤੇ ਰਿਜ਼ਾਈਨ ਕਰਕੇ ਤੇ ਅੰਦਰ ਤੁਸੀਂ ਇੰਨਾ ਚਿਰ ਜਿਹੜੀਆਂ ਵੇਖੋ ਕਿਸੇ ਤੇ ਕਰਪਸ਼ਨ ਦਾ ਗਲਤ ਅਲੀਗੇਸ਼ਨ ਲੱਗੇ ਤੇ ਉਹਨੂੰ ਪੀੜਾ ਦੀ ਉਹਦੇ ਕੋਲ ਸਹੀ ਜਾਂਦੀ ਤੇ ਮੈਂ ਤੇ ਉਹਨਾਂ ਨੂੰ ਵੀ ਕਹੂੰਗਾ ਕਿ ਜਾ ਕੇ ਪਤਾ ਤੇ ਕਰਨਾ ਮੈਂ ਮੈਂ ਤੇ ਰਿਜ਼ਾਈਨ ਕਰ ਦਿੱਤਾ ਰਾਣਾ ਸਾਹਿਬ ਕਹਿਣ ਉਹ ਪਰ ਜਿਹੜੇ ਵਿਜੀਲੈਂਸ ਵਾਲੇ ਇਨਕੁਆਇਰੀ ਕੀਤੀ ਉਹ ਫਾਈਲਾਂ ਕਿੱਥੇ ਗਈਆਂ ਨੇ ਉਹ ਕਿਉਂ ਨਹੀਂ ਅਜੇ ਤੱਕ ਲੋਕਾਂ ਨੂੰ ਅੰਦਰ ਫੜ ਕੇ ਕੀਤਾ ਗਿਆ ਰਾਣਾ ਗੁਰਜੀਤ ਹੀ ਇਕੱਲਾ ਕਿਉਂ ਟਾਰਗੇਟ ਕੀਤਾ ਗਿਆ ਇਹ ਚੀਜ਼ਾਂ ਬੜੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਠੀਕ ਹੈ ਮਤਲਬ ਅਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸਭ ਤੋਂ ਵੱਧ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਮੰਤਰੀ ਨੇ ਤਾਂ ਸਾਈਨ ਕਰਤੇ ਜਾਂ ਜੋ ਵੀ ਕਰਤਾ ਪਰ ਫਾਈਲਾਂ ਤਾਂ ਉਹਨਾਂ ਦੇ ਥਰੂ ਗਈਆਂ ਨਾ ਤੇ ਇਹੀ ਕਹਿ ਰਿਆਂ ਕਿ ਜੇ ਪੀਪੀਏ ਦੀ ਗੱਲ ਕਰੀਏ ਯਾਰ ਜਿਹਨਾਂ ਨੇ ਐਮਓਯੂ ਸਾਈਨ ਕੀਤੇ ਉਹਨਾਂ ਨੂੰ ਬਾਹਰ ਕੱਢ ਦੋ ਤੇ ਪੋਲਿਟਿਕਲ ਬੰਦੇ ਤਾਂ ਫੜ ਫੜ ਅੰਦਰ ਦੇਈ ਜਾਓ ਕਿਉਂ ਨਹੀਂ ਜਿਨਾਂ ਨੇ ਗਲਤ ਐਮਓਯੂ ਸਾਈਨ ਕੀਤੇ ਪੜ ਕੇ ਪਹਿਲਾਂ ਉਹ ਬਾਬੂ ਅੰਦਰ ਦੇਣੇ ਚਾਹੀਦੇ ਨੇ ਫੇਰ ਹੋਣਾ ਚਾਹੀਦਾ ਸੁਖੀਰ ਬਾਦਲ ਹੋਣਾ ਵੱਲ ਇਹਦਾ ਮਤਲਬ ਇਹ ਗਲਤ ਕਰੀ ਜਾਣ ਤੇ ਇਹਨਾਂ ਨੂੰ ਛੱਡ ਦੋ ਇਹ ਜਿਹੜੀ ਗਵਰਨਮੈਂਟ ਰਾਏ ਤੇ ਇਹ 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 ਸਿਰਫ ਪ੍ਰਾਈਮ ਪੋਸਟਾਂ ਲੜਨ ਨੂੰ ਬੈਠੇ ਨੇ ਇਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਹੈ